ਆ ਵੇਖੋ ਐਵੇਂ ਫੈਰੀ ਹੁੰਦੀ ਆ ਠੀਕ ਆ ਤੇ ਐ ਤੁਹਾਨੂੰ ਘੁਮਾਉਂਦੇ ਆ ਲੋ ਵੀ ਭਾਈ ਆਪਾਂ ਉਤਰ ਗਏ ਆ ਸਟੇਸ਼ਨ ਤੇ ਤੇ ਇਹ ਸਾਹਮਣੇ ਹੈਗਾ ਜੀ ਤੁਹਾਡਾ ਸਾਰਿਆਂ ਦਾ ਮਨਪਸੰਦ ਸੀਐਨ ਟਾਵਰ ਜਿਹਦੀਆਂ ਤੁਸੀਂ ਰੋਜ਼ ਸਟ੍ਰੀਕਾਂ ਦੇਖਦੇ ਹੋਵੋਗੇ ਮੇਰੇ ਸਨੈਪਚੈਟ ਤੇ ਜੇ ਤੁਸੀਂ ਨਹੀਂ ਐਡ ਤੇ ਐਡ ਕਰ ਲਓ ਮੈਨੂੰ ਸਨੈਪਚੈਟ ਤੇ ਵੀ ਤੇ ਚਲੋ ਤੁਹਾਨੂੰ ਦਿਖਾਉਂਦੇ ਆ ਡਾਊਨ ਟਾਊਨ ਅੱਜ ਠੀਕ ਆ ਸੋ ਵੀ ਆਪਣੇ ਨਾਲ ਆਪਣਾ ਭਰਾ ਰਣਜੋਤ ਤੇ ਅਸੀਂ ਸੀਗੇ ਫਰੀ ਠੀਕ ਆ ਤੇ ਅਸੀਂ ਸੋਚਿਆ ਚਲੋ ਅੱਜ ਡਾਊਨ ਟਾਊਨ ਘੁੰਮਣੇ ਆ ਮੇਰਾ ਤਾਂ ਰੋਜ਼ ਹੀ ਡਾਊਨ ਟਾਊਨ ਆਉਣਾ ਹੁੰਦਾ ਮੈਂ ਅੱਜ ਉਬਰ ਕਰਦਾ ਪਰ ਅੱਜ ਤਿਆਰ ਸ਼ਿਆਰ ਹੋ ਗਏ ਆ ਅੱਜ ਘੁੰਮਣ ਆਏ ਆ ਅੱਜ ਘੁੰਮ ਠੀਕ ਆ ਤੇ ਘੁੰਮਦੇ ਆ ਨਾਲੇ ਤੁਹਾਨੂੰ ਵੀ ਦਿਖਾਉਂਦੇ ਆ ਕਿਵੇਂ ਦਾ ਡਾਊਨ ਟਾਊਨ ਆ ਤੇ ਐਂਡ ਤੱਕ ਬਣੇ ਰਹੋ ਵਲੌਗ 'ਚ ਜੇ ਵਧੀਆ ਲੱਗੇ ਸ਼ੇਅਰ ਕਰਨਾ ਨਾ ਭੁੱਲਿਓ ਥੱਲੇ ਸਬਸਕ੍ਰਾਈਬ ਵਾਲਾ ਬਟਨ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਆ ਬਈ ਇੱਥੇ ਹੁੰਦੇ ਆ ਸਾਈਕਲ ਤੇ ਜਿਹੜੇ ਕਈ ਆਪਣੇ ਵੀਰ ਉਬਰ ਕਰਦੇ ਆ ਤੇ ਇੱਥੇ ਆ ਰੈਂਟ ਤੇ ਤੁਸੀਂ ਸਾਈਕਲ ਲੈ ਸਕਦੇ ਆ $15 ਤੇ ਜਾਂ ਉਦਾਂ ਵੀ ਤੁਸੀਂ ਘੁੰਮਣਾ ਵਗੈਰਾ ਹੋਵੇ ਤੁਰ ਕੇ ਨਹੀਂ ਜਾਣਾ ਤੇ ਤੁਸੀਂ ਸਾਈਕਲ ਰੈਂਟ ਤੇ ਕਰ ਸਕਦੇ ਆ ਤੇ ਨਾਲੇ ਕੋਈ ਤੇ ਸਭ ਕੁਝ ਲਿਖਿਆ ਆ ਕਿਵੇਂ ਰੈਂਟ ਤੇ ਤੁਸੀਂ ਲੈਣਾ ਸਾਈਕਲ ਸੋ ਵੀ ਐ ਇੱਥੇ ਡਾਊਨ ਟਾਊਨ 'ਚ ਵੱਡੀਆਂ ਵੱਡੀਆਂ ਬਿਲਡਿੰਗਾਂ ਤੇ ਇੱਥੇ ਪੂਰੀ ਨਿਊਯਾਰਕ ਵਾਲੀ ਫੀਲਿੰਗ ਆਉਂਦੀ ਆ ਠੀਕ ਆ ਇਹ ਟ੍ਰਾਂਟੋ ਡਾਊਨ ਟਾਊਨ ਆ ਪਰ ਇਹ ਮਾਹੌਲ ਇੱਥੇ ਇੱਕ ਨੰਬਰ ਹੁੰਦਾ ਆ ਠੀਕ ਆ ਵੀ ਇੱਥੇ ਤੁਸੀਂ ਅਕਸਰ ਤੁਸੀਂ ਗੋਰੇ ਹੀ ਦੇਖੋਗੇ ਆਪਣੀ ਜਨਤਾ ਤੇ ਘੁੰਮਣ ਹੀ ਆਉਂਦੀ ਆ ਤੇ ਜਾਂ ਫਿਰ ਕੰਮ ਕਰਨ ਆਉਂਦੀ ਆ ਤੇ ਵਧੀਆ ਮਾਹੌਲ ਚੱਲ ਇੱਕ ਨੰਬਰ ਆ ਲੋ ਵੀ ਆ ਗਏ ਆ ਜੀ ਆਪਾਂ ਪੋਰਟ ਤੇ ਠੀਕ ਆ ਤੇ ਦੇਖੋ ਬਈ ਹੁਣ ਵਿਊ ਚੈੱਕ ਕਰੋ ਆ ਬਿਲਕੁਲ ਇਹਦੇ ਨਾਲ ਹੀ ਹੋਟਲ ਲੱਗਦਾ ਆ ਦੇਖੋ ਤੁਸੀਂ ਸੋਚੋ ਕਿੱਡਾ ਘੈਂਟ ਵਿਊ ਆਉਂਦਾ ਹੋਊਗਾ ਆ ਵੀ ਹੋਟਲ ਹੀ ਆ ਗਾਹ ਆਪਾਂ ਅੱਗੋਂ ਜਾ ਕੇ ਫੈਰੀ ਵੀ ਲੈ ਸਕਦੇ ਜੇ ਕਿਸੇ ਨੇ ਜਾਣਾ ਹੋਵੇ ਉੱਥੇ $9 ਟਿਕਟ ਲੱਗਦੀ ਆ ਉਹਦੀ ਅਤੇ ਉਹ ਜਿਵੇਂ ਉੱਥੇ ਜਾਣਦੇ ਨਾ ਅੱਗੇ ਇੱਦਾਂ ਅਤੇ ਆਪਾਂ ਫੈਰੀ 'ਤੇ ਜਾ ਸਕਦੇ ਹਾਂ ਅਤੇ ਉਹਦੇ ਅੱਗੇ ਜਿਵੇਂ ਇੱਕ ਆਈਲੈਂਡ ਆ ਉੱਥੇ ਵੀ ਆਪਾਂ ਨੂੰ ਲਾ ਦਿੰਦੇ ਆ ਅਤੇ ਆਈਲੈਂਡ ਵੀ ਦੇਖਣ ਵਾਲਾ ਉੱਦਾਂ ਸੋਹਣਾ ਆ ਅਤੇ ਆਪਾਂ ਉੱਥੋਂ ਫਿਰ ਵਾਪਸ ਆਪਾਂ ਨੂੰ ਲਿਆਉਂਦੇ ਆ ਲੋ ਵੀ ਜਿਹੜਾ ਤਾਂ ਬੰਦਾ ਲੱਭਦਾ ਪਿਆ ਵਧੀਆ ਜਗ੍ਹਾ ਵਧੀਆ ਵਿਊ ਅਤੇ ਪੀਸ ਉਹ ਇੱਥੇ ਆ ਸਕਦਾ ਯੂਨੀਅਨ ਸਟੇਸ਼ਨ ਤੋਂ ਸਿਰਫ 5-10 ਮਿੰਟ ਦੀ ਵਾਕ ਆ ਸਿੱਧੇ ਸਿੱਧੇ ਜਾਓਗੇ ਪੋਰਟ ਆ ਜਾਂਦਾ ਹੈ ਠੀਕ ਆ ਇੱਥੇ ਤੁਸੀਂ ਬਹਿ ਸਕਦੇ ਆ ਕੇ ਆ ਵੇਖੋ ਐਵੇਂ ਫੈਰੀ ਹੁੰਦੀ ਆ ਠੀਕ ਆ ਅਤੇ ਐਂ ਤੁਹਾਨੂੰ ਘੁੰਮਾਉਂਦੇ ਆ ਐਂ ਤੁਸੀਂ ਵਿਊ ਚੈੱਕ ਕਰੋ ਤੁਸੀਂ ਇੰਜੋਏ ਕਰ ਸਕਦੇ ਆ ਘੈਂਟ ਗੱਲਬਾਤ ਪੂਰੀ ਅੱਜ ਤਾਂ ਮੌਸਮ ਵੀ ਪੂਰਾ ਘੈਂਟ ਆ ਭਾਈ ਇੱਥੇ ਆਓ ਘੁੰਮਣ ਜੀ ਸਦਕੇ ਆਓ ਪਰ ਇਹਨਾਂ ਨਾਲ ਇੱਥੇ ਆ ਕੇ ਕਿਸੇ ਨੇ ਪੰਗਾ ਨਹੀਂ ਲੈਣਾ ਕਿਉਂਕਿ ਇੱਕ ਤਾਂ ਅੱਗੋਂ ਪੈ ਜਾਂਦੀ ਆ ਅਤੇ ਉੱਤੋਂ ਇਹਦਾ ਫਾਈਨ ਵੀ ਬਹੁਤ ਆ ਠੀਕ ਆ ਸੋ ਧਿਆਨ ਨਾਲ ਘੁੰਮੋ ਜੀ ਸਦਕੇ ਇਹਨਾਂ ਨਾਲ ਬਸ ਕੋਈ ਪੰਗਾ ਨਹੀਂ ਲੈਣਾ ਇਹਨਾਂ ਨੂੰ ਆਪਣਾ ਇੰਜੋਏ ਕਰਨ ਦਿਓ ਤੁਸੀਂ ਆਪਣਾ ਕਰੋ ਸੋ ਬਈ ਦੇਖ ਲਓ ਸੀਐਨ ਟਾਵਰ ਚੈੱਕ ਕਰੋ ਹੁਣ ਤੇ ਨਹੀਂ ਇੰਨਾ ਵਧੀਆ ਰਾਤ ਨੂੰ ਦੇਖਣ ਵਾਲਾ ਹੁੰਦਾ ਆ ਰਾਤ ਨੂੰ ਮੈਂ ਆਉਂਦਾ ਹੁੰਦਾ ਨਾ ਵੈਸੇ ਬਹੁਤ ਲਾਈਟਾਂ ਲੁੱਟਾਂ ਹੁੰਦੀਆਂ ਹਾਂ ਰਾਤ ਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਇਹ ਸਟੇਸ਼ਨ ਹੈ ਇੱਧਰ ਆ ਬਈ ਸੀਐਨ ਟਾਵਰ ਦੇ ਨਾਲ ਹੀ ਹੈਗਾ ਆ ਐਕੁਏਰੀਅਮ ਠੀਕ ਆ ਇਹ ਵੀ ਦੇਖਣ ਵਾਲਾ ਆ ਠੀਕ ਆ ਬਹੁਤ ਵਧੀਆ ਆ ਅਤੇ ਜੇ ਕੋਈ ਚਾਹਵਣ ਹੋਵੇ ਇੱਥੇ ਜਾ ਕੇ ਵੇਖ ਸਕਦਾ ਆ ਠੀਕ ਆ ਬਈ ਘੈਂਟ ਆ ਦੇਖਣ ਵਾਲੀ ਚੀਜ਼ ਆ ਉਹ ਵੀ ਸੋ ਇਹਦੇ ਉੱਪਰ ਜਾਣ ਦੀ ਵੀ ਟਿਕਟ ਹੈਗੀ ਆਈ ਥਿੰਕ $45 ਆ ਅਤੇ $50 ਐਕੁਏਰੀਅਮ ਦੀ ਆ ਟਿਕਟ ਠੀਕ ਆ ਸੋ ਚੀਜ਼ਾਂ ਦੋਵੇਂ ਵੇਖਣ ਵਾਲੀਆਂ ਅਤੇ ਉੱਪਰ ਵੀ ਆਈ ਥਿੰਕ ਰੈਸਟੋਰੈਂਟ ਵਗੈਰਾ ਆ ਅਸੀਂ ਗਏ ਤਾਂ ਨਹੀਂ ਗਏ ਹੈਗੇ ਠੀਕ ਆ ਬਟ ਘੈਂਟ ਆ ਸੋ ਬਈ ਆ ਬੱਸ ਲੱਗੀ ਆ ਇਹ ਆਪਾਂ ਨੂੰ ਪੂਰਾ ਟੋਰਾਂਟੋ ਘੁੰਮਾਉਂਦੀ ਆ ਇਹਨਾਂ ਦੇ 15-20 ਡੈਸਟੀਨੇਸ਼ਨ ਹੁੰਦੀ ਹੈ ਜਿੱਥੇ ਮਰਜ਼ੀ ਆਪਾਂ ਉਤਰ ਸਕਦੇ ਹਾਂ
ਠੀਕ ਆ ਤੇ ਇਹਨਾਂ ਦੀ ਇੱਕ ਪਰਸਨ ਦੀ ਟਿਕਟ ਹੁੰਦੀ ਆ $66 ਉੱਤੇ ਵੀ ਬਹਿ ਸਕਦੇ ਪੂਰਾ ਆਪਾਂ ਨੂੰ ਘੁਮਾਉਂਦੇ ਜਿਹੜੇ ਮਰਜ਼ੀ ਸਟਾਪ ਤੇ ਆਪਾਂ ਉਤਰ ਵੀ ਸਕਦੇ ਆ ਚੜ ਵੀ ਸਕਦੇ ਆ ਤੇ 24 ਘੰਟੇ ਲਈ ਇਹਨਾਂ ਦੀ ਟਿਕਟ ਵੈਲਿਡ ਹੁੰਦੀ ਆ ਠੀਕ ਆ ਸੋ ਅਸੀਂ ਤੇ ਪੈਦਲ ਹੀ ਤੁਰ ਕੇ ਜਿੰਨਾ ਕਵਰ ਹੋ ਕਰਾਂਗੇ ਇੰਨੇ ਪੈਸੇ ਹਜੇ ਸਾਡੇ ਕੋਲ ਹੈ ਨਹੀਂ ਵੀ ਅਸੀਂ ਇੰਨਾ ਖਰਚਾ ਕਰ ਸਕੀਏ ਤੇ ਚਲੋ ਅੱਗੇ ਵੀ ਦਿਖਾਉਂਦੇ ਤੁਹਾਨੂੰ ਤੇ ਆ ਬਈ ਅਸੀਂ ਉਹਨਾਂ ਤੋਂ ਮੈਪ ਲਿਆ ਤੇ ਦੇਖਦੇ ਹਾਂ ਵੀ ਕਿਹੜੀਆਂ ਕਿਹੜੀਆਂ ਜਗ੍ਹਾ ਹੋਰ ਘੁੰਮਣ ਲਈ ਤੇ ਦੇਖਦੇ ਹਾਂ ਕਿੱਥੇ ਕਿੱਥੇ ਜਾਣਾ ਆ ਜਿੱਦਾਂ ਹੁਣ ਤੁਸੀਂ ਕੈਨੇਡਾ ਆਵੋਗੇ ਤਾਂ ਇੱਥੇ ਤੁਹਾਨੂੰ ਪਬਲਿਕ ਵਾਸ਼ਰੂਮ ਬਹੁਤ ਘੱਟ ਮਿਲੂਗੇ ਉਹਦਾ ਰੀਜ਼ਨ ਇਹ ਆ ਵੀ ਇੱਥੇ ਡਰੱਗਜ਼ ਵਗੈਰਾ ਹੁੰਦੇ ਆ ਨਾ ਅਤੇ ਉਹ ਮਤਲਬ ਕਿ ਅੰਦਰ ਖਰਾਬੀ ਕਰਦੇ ਆ ਅਤੇ ਕਈ ਵਾਰੀ ਮਤਲਬ ਕਿ ਉਹਨਾਂ ਨੂੰ ਤਾਂ ਕੋਈ ਪਲੇਸ ਚਾਹੀਦੀ ਹੁੰਦੀ ਹੈ ਯੂਜ਼ ਕਰਨ ਲਈ ਹੈ ਨਾ ਇੱਦਾਂ ਦੀ ਸੋ ਇੱਥੇ ਪਬਲਿਕ ਵਾਸ਼ਰੂਮ ਦੀ ਐਕਸੈਸਿਬਿਲਟੀ ਘੱਟ ਆ ਅਤੇ ਕਈ ਵਾਰੀ ਤਾਂ ਹੁਣ ਰੈਸਟੋਰੈਂਟ 'ਚ ਵੀ ਕਹਿ ਦਿੰਦੇ ਆ ਵੀ ਸਿਰਫ ਕਸਟਮਰਸ ਲਈ ਆ ਉੱਦਾਂ ਤੁਸੀਂ ਯੂਜ਼ ਨਹੀਂ ਕਰ ਸਕਦੇ ਸੋ ਵੀ ਇੱਥੇ ਆ ਬਹੁਤ ਵਧੀਆ ਗੱਲ ਲੱਗਦੀ ਆ ਵੀ ਜਦੋਂ ਆਪਣਾ ਪੈਡੈਸਟ੍ਰੀਅਨ ਵਾਕ ਦਾ ਹੁੰਦਾ ਆ ਇੱਥੇ ਹੈ ਨਾ ਆਪਣਾ ਰਾਈਟ ਅਤੇ ਆਪਾਂ ਨੂੰ ਪ੍ਰੋਪਰ ਵੇਅ ਦਿੱਤਾ ਜਾਂਦਾ ਲੰਘਣ ਲਈ ਜਦੋਂ ਤੱਕ ਪੈਡੈਸਟ੍ਰੀਅਨ ਲੰਘ ਨਹੀਂ ਜਾਂਦਾ ਉਦੋਂ ਤੱਕ ਸਾਰੇ ਆਪਣੀਆਂ ਗੱਡੀਆਂ ਨੂੰ ਰੋਕ ਕੇ ਰੱਖਦੇ ਆ ਠੀਕ ਆ ਅਤੇ ਇਹ ਬਹੁਤ ਵਧੀਆ ਲੱਗਦਾ ਪੈਡੈਸਟ੍ਰੀਅਨ ਨੂੰ ਹਾਂ ਵੀ ਪੂਰੀ ਰਾਜਿਆਂ ਵਾਲੀ ਫੀਲ ਆਉਂਦੀ ਆ ਵੀ ਫਸਟ ਆਪਾਂ ਨੂੰ ਰਾਈਟ ਦਿੱਤਾ ਜਾਂਦਾ ਬਟ ਹਾਂ ਖਰਾਬੀ ਕਰਨ ਵਾਲੇ ਉੱਥੇ ਵੀ ਕੋਈ ਕਰਦੇ ਆ ਲਓ ਵੀ ਆ ਗਏ ਹਾਂ ਆਪਾਂ ਯੋਂਗ ਡੰਡਾ ਸਟਰੀਟ ਅਤੇ ਇਹ ਇੱਥੇ ਵਨ ਆਫ ਦੀ ਫੇਮਸ ਸਟਰੀਟ ਆ ਠੀਕ ਆ ਕਿਉਂਕਿ ਇੱਥੇ ਇੱਕ ਤਾਂ ਰੌਣਕ ਮੇਲਾ ਸਭ ਤੋਂ ਜ਼ਿਆਦਾ ਰਹਿੰਦਾ ਅਤੇ ਦੂਜੀ ਤੁਸੀਂ ਐਡਵਰਟੀਜ਼ਮੈਂਟ ਦੇਖ ਲਓ ਇੱਥੇ ਹਰ ਇੱਕ ਮੂਵੀ ਦੀ ਹਰ ਇੱਕ ਪ੍ਰੋਡਕਟ ਦੀ ਇੱਥੇ ਮਾਰਕੀਟਿੰਗ ਹੁੰਦੀ ਆ ਐਡਵਰਟੀਜ਼ਮੈਂਟ ਹੁੰਦੀ ਆ ਠੀਕ ਆ ਸਕਰੀਨਸ ਤੁਸੀਂ ਦੇਖ ਸਕਦੇ ਉੱਪਰ ਲੱਗੀਆਂ ਆ ਆਹ ਦੇਖ ਲਓ ਜਗ੍ਹਾ ਤਾਂ ਦੇਖਣ ਵਾਲੀ ਆ ਨਾਲ ਹੀ ਇਹਦੇ ਇੱਧਰ ਮੌਲ ਆ ਅਤੇ ਇੱਧਰ ਵੀ ਆਪਾਂ ਜਾਂਦੇ ਹਾਂ ਦੇਖ ਕੇ ਆਉਂਦੇ ਹਾਂ ਅੰਦਰ ਠੀਕ ਆ Shall be saved. For if the heart of man believeth unto righteousness, and with the mouth confession is made unto salvation. If thou shalt confess, his blood will shed. ਉਹ ਵੀ ਆ ਗਏ ਆਪਾਂ ਮੌਲ ਦੇ ਅੰਦਰ ਇਹ ਹੈਗਾ ਈਟਨ ਸੈਂਟਰ ਠੀਕ ਆ ਤੇ ਦਿਖਾਉਂਦੇ ਤੁਹਾਨੂੰ ਮੌਲ ਵੀ ਇਹ ਤਾਂ H&M ਦਾ ਸਟੋਰ ਆ ਤੇ ਇਹ ਹੈਗਾ ਈਟਨ ਸੈਂਟਰ ਆ ਠੀਕ ਆ ਤੇ ਯੋਂਗ ਸਟਰੀਟ 'ਚ ਹੀ ਆਏ ਇਹਦੇ ਵੀ 3-4 ਫਲੋਰ ਆ ਅਤੇ ਆਪਾਂ ਇੱਥੋਂ ਥੱਲੜੇ ਫਲੋਰ 'ਚ ਚੱਲਦੇ ਹਾਂ ਸ਼ੋਪਿੰਗ ਵਗੈਰਾ ਤਾਂ ਨਹੀਂ ਕਰਨੀ ਉੱਦੀ ਬਸ ਤੁਹਾਨੂੰ ਸਮਾਨ ਲੈ ਕੇ ਆਉਂਦੇ ਹਾਂ ਐਂਡ ਥੋੜ੍ਹਾ ਵੀ ਆਪਾਂ ਫੂਡ ਕੋਰਟ ਜਾਂ ਵੀ ਇੱਕ ਹੋਰ ਗੱਲ ਵੀ ਜੇਕਰ ਤੁਸੀਂ ਐਲੀਵੇਟਰ 'ਤੇ ਤੁਸੀਂ ਨਹੀਂ ਚੱਲ ਕੇ ਜਾਣਾ ਤਾਂ ਤੁਸੀਂ ਰਾਈਟ ਹੈਂਡ ਸਾਈਡ 'ਤੇ ਖੜ੍ਹੇ ਹੋਵੋ ਤਾਂ ਕਿ ਜਿਹਨੇ ਜਾਣਾ ਤੁਰ ਕੇ ਵਾਕ ਕਰਕੇ ਉਹ ਇੱਧਰ ਦੀ ਜਾ ਸਕੇ ਇਹ ਵੀ ਮੋਸਟਲੀ ਲੋਕਾਂ ਨੂੰ ਨਹੀਂ ਪਤਾ ਹੁੰਦਾ ਤਾਂ ਵੀ ਬ੍ਰਾਂਡ ਤੁਹਾਨੂੰ ਇੱਥੇ ਵੀ ਇੱਕ ਤੋਂ ਇੱਕ ਮਿਲ ਜਾਣਾ ਠੀਕ ਆ ਕੋਈ ਬ੍ਰਾਂਡ ਨਹੀਂ ਹੈਗਾ ਜਿਹੜਾ ਇੱਥੇ ਹੈ ਨਹੀਂ ਗਾ ਨਾਈਕੀ ਐਡੀਡਾਸ ਵੀ ਇੱਥੇ ਸਾਰੇ ਇੱਕ ਤੋਂ ਇੱਕ ਬ੍ਰਾਂਡ ਆ ਠੀਕ ਆ ਜਿਹੜੇ ਨਾਂ ਤੁਸੀਂ ਨਹੀਂ ਵੀ ਸੁਣਿਆ ਇੰਡੀਆ 'ਚ ਉਹ ਵੀ ਬ੍ਰਾਂਡ ਇੱਥੇ ਹੈਗੇ ਆ ਅਤੇ ਥੱਲੇ ਫੂਡ ਕੋਰਟ ਤੁਸੀਂ ਦੇਖੋ ਇੱਥੇ ਹੀ ਕਿਵੇਂ ਭਰਿਆ ਪਿਆ ਵਨ ਆਫ ਦਾ ਬੈਸਟ ਮੌਲ ਆ ਇਹ ਅੰਟਾਰੀਓ ਦੇ ਵਿੱਚ ਠੀਕ ਆ ਇੱਕ ਬੌਨ ਮਿਲ ਵਾਲਾ ਵੀ ਮੌਲ ਆ ਉਹ ਵੀ ਬਹੁਤ ਘੈਂਟ ਆ ਜੇ ਤੁਸੀਂ ਉੱਥੇ ਨਹੀਂ ਗਏ ਉੱਥੇ ਵੀ ਇੱਕ ਵਾਰੀ ਜਾ ਕੇ ਦੇਖਿਓ ਉਹ ਵੀ ਬਹੁਤ ਸੋਹਣਾ ਮੌਲ ਬਣਿਆ ਤੋ ਵੀ ਵੇਟ ਕਰ ਰਹੇ ਹਾਂ ਆਪਾਂ ਆਪਣੇ ਔਡਰ ਦੀ ਅਤੇ ਮੱਕੜੀ 'ਚ ਆਪਾਂ ਖੜ੍ਹੇ ਹਾਂ ਉਹ ਵੀ ਆਪਾਂ ਹੈਗੇ ਹਾਂ ਹੁਣ ਸਬਵੇ 'ਤੇ ਅਤੇ ਇੱਥੋਂ ਆਪਾਂ ਫੜਾਂਗੇ ਟ੍ਰੇਨ ਠੀਕ ਆ ਸਬਵੇ ਟ੍ਰੇਨ ਅਤੇ ਤੁਹਾਨੂੰ ਦਿਖਾਉਂਦੇ ਹਾਂ ਉਹ ਵੀ ਕਿੱਦਾਂ ਦੀ ਆ ਫਿਰ ਆਪਾਂ ਮੇਨ ਯੂਨੀਅਨ ਸਟੇਸ਼ਨ 'ਤੇ ਉਤਰਾਂਗੇ ਅਤੇ ਉਹ ਵੀ ਤੁਹਾਨੂੰ ਦਿਖਾਉਣਾ ਕਿਵੇਂ ਦਾ ਉਹ ਤਾਂ ਬਹੁਤ ਵਧੀਆ ਹੈ ਯੂਨੀਅਨ ਸਟੇਸ਼ਨ ਤਾਂ ਇਹ ਹੈ ਜੀ ਨੈਥਨ ਫਿਲਿਪਸ ਕੇਅਰ ਠੀਕ ਹੈ ਵਿਊ ਚੈੱਕ ਕਰੋ ਤੁਸੀਂ ਇੱਥੇ ਕੁਛ ਦਿਨ ਪਹਿਲਾਂ ਇੰਡੀਅਨ ਫੈਸਟੀਵਲ ਵੀ ਸੀਗਾ ਲੋ ਵੀ ਹੁਣ ਚੱਲੇ ਹਾਂ ਆਪਾਂ ਘਰ ਅਤੇ ਇਹ ਆਪਾਂ ਆ ਗਏ ਹਾਂ ਯੂਨੀਅਨ ਸਟੇਸ਼ਨ ਇੱਥੋਂ ਆਪਾਂ ਮੇਨ ਟ੍ਰੇਨ ਲਾਂਗੇ ਠੀਕ ਆ ਅਤੇ
स्टेशन देखो तुसी में मॉल अर्ग ही है अंदर ब्रांड इत्थे भी है सब कुछ है सफोरा भी है बी कैप्सूल। सो भाई असी काफ़ी घूम के अच्छ देखिया तो हूँ टाइम हो गया वापस जाने का। तो ही थले कमेंट करके दस्यो भी तुहानू किवें दा व्लॉग लगा जे वधिया लगा तो लाइक एंड शेयर करना ना भुल्यो। तो बाकी जल्दी मिलते हैं अगले व्लॉग 'च।